ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਸਿੰਘ ਨੇਟੋ ਟੀਵੀ 26 ਨਿਊਜ਼ ਚੈਨਲ ਤੋਂ। ਅੱਜ ਮੈਂ ਪਹੁੰਚਿਆ ਜੀ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਬੜੀ ਪਵਿੱਤਰ ਧਰਤੀ ਹੈ। ਸੋ ਮੀਡੀਆ ਦੇ ਵਿੱਚ ਅਕਸਰ ਨਾਂ ਇੱਕ ਜ਼ਬਾਨ 'ਤੇ ਆਉਂਦਾ, ਇਲੈਕਟ੍ਰੋਨਿਕ ਮੀਡੀਆ ਹੋਵੇ ਜਾਂ ਵੈਬ ਮੀਡੀਆ ਹੋਵੇ ਜਾਂ ਕੋਈ ਵੀ ਪ੍ਰਿੰਟ ਮੀਡੀਆ ਹੋਵੇ। ਸੋ ਸਾਡੇ ਸੀਨੀਅਰ ਸਰਦਾਰ ਸਵਰਨਜੀਤ ਸਿੰਘ ਸੇਠੀ ਜੀ ਸੋ ਅੱਜ ਮੇਰੇ ਨਾਲ ਮੌਜੂਦ ਨੇ। ਸੋ ਉਹਨਾਂ ਨੂੰ ਮੈਂ ਚੰਦ ਕੁ ਸ਼ਬਦ, ਚੰਦ ਕੁ ਬੋਲ ਟੀਵੀ 26 ਨਿਊਜ਼ 'ਤੇ। ਸੋ ਉਹਨਾਂ ਦਾ ਵੈਲਕਮ, ਨਿੱਕਾ ਸਵਾਗਤ। ਸੇਠੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਖਾਲਸਾ, ਮੇਰੇ ਕੋਲ ਅੱਜ ਸਰਦਾਰ ਸਰਬਜੀਤ ਸਿੰਘ ਜੀ ਨੀਟੂ ਟੀਵੀ 26 ਵਾਲੇ ਪਹੁੰਚੇ ਨੇ, ਜੋ ਕਿ ਬਹੁਤ ਹੀ ਵਧੀਆ ਸਮਾਜ ਵਿੱਚ ਸੇਵਾ ਕਰ ਰਹੇ ਨੇ ਔਰ ਸੱਚੀਆਂ ਦੇ ਨਿਧੜਕ ਹੋ ਕੇ ਵੈਬ ਚੈਨਲ ਟੀਵੀ 26 ਨਿਊਜ਼ 'ਤੇ ਇਹ ਕਵਰੇਜ ਕਰ ਰਹੇ ਨੇ। ਅੱਜ ਇਹ ਮੇਰੇ ਕੋਲ ਮਗਰੋਂ ਪਹੁੰਚੇ ਨੇ। ਮੈਂ ਸਵਰਨਜੀਤ ਸਿੰਘ ਸੇਠੀ, ਚੇਅਰਮੈਨ ਪ੍ਰੈਸ ਕਲੱਬ ਮਗਰੋਂ, ਡਿਸਟ੍ਰਿਕਟ ਇੰਚਾਰਜ ਸਪੋਕਸਮੈਨ ਰੋਜ਼ਾਨਾ ਫਤਿਹਗੜ੍ਹ ਸਾਹਿਬ, ਟਾਈਮ ਟੀਵੀ ਚੜ੍ਹਦੀ ਕਲਾ ਤੋਂ ਮੈਂ ਪ੍ਰਤੀਨਿਧਿਤਾ ਕਰ ਰਿਹਾ। ਮੈਂ ਸਰਦਾਰ ਸਰਬਜੀਤ ਸਿੰਘ ਨੀਟੂ ਜੀ ਨੂੰ, ਜੋ ਕਿ ਐਂਕਰ ਵੀ ਨੇ, ਗਾਇਕ ਕਲਾਕਾਰ ਵੀ ਨੇ, ਸਰਬਜੀਤ ਸਿੰਘ ਨੀਟੂ ਇੱਕ ਬਹੁਤ ਹੀ ਵਧੀਆ ਸੁਰੀਲੇ ਕਲਾਕਾਰ ਵੀ ਹਨ ਅਤੇ ਐਂਕਰ ਵੀ ਹਨ, ਅਤੇ ਮੈਂ ਇਹਨਾਂ ਨੂੰ ਟੀਵੀ 26 ਚੈਨਲ ਚਲਾਉਣ 'ਤੇ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਰੱਬ ਤੋਂ ਆਸ ਕਰਦਾ ਕਿ ਇਹਨਾਂ ਦਾ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੂ। ਵਾਹਿਗੁਰੂ ਖਾਲਸਾ, ਵਾਹਿਗੁਰੂ। ਸੋ ਇਹ ਸੀ ਸਰਦਾਰ ਸਵਰਨਜੀਤ ਸਿੱਠੀ ਜੀ। ਸੋ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਸੋ ਇਸ ਮੈਸੇਜ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਸ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਟੀਵੀ 26 ਨਿਊਜ਼ ਚੈਨਲ, ਜਿੰਨੇ ਵੀ ਟੀਵੀ 26 ਨਿਊਜ਼ ਚੈਨਲ। ਸਤਿ ਸ਼੍ਰੀ ਅਕਾਲ, ਧੰਨਵਾਦ।